ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜੋ ਕਿ ਹੁਣ ਐਮ ਪੀ ਬਣ ਚੁੱਕੇ ਨੇ, ਤਾਂ ਇਹਨਾਂ ਦੇ ਸੰਬੰਧ ਵਿੱਚ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਿਵਾਦ ਚੱਲਦੇ ਰਹਿੰਦੇ ਨੇ। ਅਤੇ ਹੁਣ ਇੱਕ ਵੀਰ ਜੋ ਕਿ ਭਗਤ ਸਿੰਘ ਦੁਆਬੀ ਨਾਂ ਦੇ ਨਾਲ ਜਾਣਿਆ ਜਾਂਦਾ, ਉਹਨਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਸੰਬੰਧ ਵਿੱਚ ਇੱਕ ਪਟੀਸ਼ਨ ਜੋ ਕਿ ਜਾਰੀ ਕੀਤੀ ਗਈ ਹੈ, ਜਿਹਦੇ ਬਾਰੇ ਆਪਾਂ ਇਸ ਵੀਡੀਓ ਵਿੱਚ ਜਾਣਦੇ ਹਾਂ ਕਿ ਅਸਲ ਵਿੱਚ ਕੀ ਕਾਰਨ ਹੈ, ਕੀ ਕਹਾਣੀ ਹੈ। ਆਓ ਵੀਡੀਓ ਦੇ ਵਿੱਚ ਸੁਣਦੇ ਹਾਂ। ਉਹਨਾਂ ਨੂੰ ਦੁਖੀ ਕੀਤਾ, ਇਹ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜਾ ਜਿਹੜੇ ਬੰਦੇ ਜਿਹਨੂੰ ਆਈਡਲ ਮੰਨਦੇ ਹੁੰਦੇ ਨਾ, ਉਹਨੂੰ ਢਾਲ ਬਣਾ ਕੇ ਜਿਹੜਾ ਹੈਗਾ ਜਦੋਂ ਦੂਜੇ ਤੇ ਵਾਰ ਕਰਦੇ ਆ, ਆਪ ਹੀ ਉਹਦੇ ਮਗਰ ਲੁਕ ਜਾਂਦੇ ਹੁੰਦੇ ਆ, ਪਰ ਨੁਕਸਾਨ ਜਿਹੜਾ ਹੁੰਦਾ, ਜਿਹੜੀ ਮੂਹਰੇ ਢਾਲ ਹੁੰਦੀ ਹੈ ਨਾ, ਉਹਦਾ ਹੁੰਦਾ। ਪਹਿਲਾਂ ਬਾਬਾ ਜਰਨੈਲ ਸਿੰਘ ਨੂੰ ਇਹ ਹੀਰੋ ਮੰਨਦੇ ਸੀ, ਜਿਹੜੇ ਕੁਛ ਕੁ ਬੰਦੇ ਜਿਹੜੇ ਸੀ ਇੱਦਾਂ ਦੇ ਜਿਹਨਾਂ ਨੇ ਗੰਦ ਪਾਇਆ ਸੀ, ਤੇ ਫੋਟੋਆਂ ਐਡਿਟ ਕਰਦੇ ਹੁੰਦੇ ਸੀ, ਲੋਕਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਹੁੰਦੇ ਸੀ, ਤੇ ਉਸ ਚੀਜ਼ ਦਾ ਜਿਹੜਾ ਵਿਰੋਧ ਹੋਇਆ, ਫਿਰ ਉਹਦਾ ਨੁਕਸਾਨ ਪਤਾ ਕਿਹਨੇ ਕਰਾਇਆ? ਬਾਬਾ ਜਰਨੈਲ ਸਿੰਘ ਦੇ ਪਰਿਵਾਰ ਦੀਆਂ ਫੋਟੋਆਂ ਐਡਿਟ ਹੋਈਆਂ, ਬਾਬਾ ਜਰਨੈਲ ਸਿੰਘ ਦੀਆਂ ਹੋਈਆਂ, ਬੀਬੀ ਦਲੇਰ ਕੌਰ ਦੀਆਂ ਹੋਈਆਂ, ਠੀਕ ਆ, ਹੋਰ ਮਤਲਬ ਚਲੋ ਬਾਬਾ ਹਰਨਾਮ ਸਿੰਘ ਧੁੰਮੇ ਦੀਆਂ ਵੀ ਹੋਈਆਂ ਹੋਣਗੀਆਂ। ਹੁਣ ਇਹਨਾਂ ਨੇ ਫੇਰ ਇਹ ਕੰਮ ਫੜ ਲਿਆ ਵੀ ਜਿਹੜਾ ਬੰਦਾ ਵੀ ਸੱਚ ਦੀ ਗੱਲ ਕਰਦਾ, ਮਤਲਬ ਤੁਹਾਡਾ ਵਿਰੋਧ ਵੀ ਕਰਦਾ ਆ, ਤੁਸੀਂ ਉਹਦੇ ਪਰਿਵਾਰ ਦਾ, ਠੀਕ ਆ, ਜਾਂ ਉਹਨੂੰ ਮਾਵਾਂ ਭੈਣਾਂ ਦੀਆਂ ਗੱਲਾਂ ਕਰਦੇ ਹੋ। ਹੁਣ ਮੈਨੂੰ ਜਿਹੜੀ ਗੱਲ ਪਤਾ ਲੱਗੀ ਸੀ ਵੀ ਇਹਨਾਂ ਨੇ ਭਗਤ ਸਿੰਘ ਦੁਆਬੀ ਦੀ ਲੜਕੀ ਜਿਹੜੀ ਹੈਗੀ ਹੈ, ਜਿੱਥੇ ਪੜ੍ਹਦੀ ਆ ਜਾਂ ਉਹਦਾ ਆਫਿਸ ਦਾ ਐਡਰੈਸ ਆ, ਸਾਰਾ ਉਹ ਜਨਤਕ ਕੀਤਾ ਸੀ। ਤੇ ਜਦੋਂ ਤਾਂ ਮਤਲਬ ਵੀ ਤੁਸੀਂ ਏਦਾਂ ਕੋਈ ਪੁੱਠਾ ਕੰਮ ਕਰਦੇ ਆ, ਫੇਰ ਜਿਹੜਾ ਹੈਗਾ ਵੀ ਤੁਸੀਂ ਖੁਸ਼ ਹੁੰਦੇ ਆ, ਖੁਸ਼ੀ ਮਨਾਉਂਦੇ ਆ, ਤੇ ਦੂਜੇ ਨੂੰ ਤੁਸੀਂ ਤੰਗ ਕਰਦੇ ਆ। ਤੇ ਜਦੋਂ ਕੋਈ ਅੰਮ੍ਰਿਤਪਾਲ ਦੀ ਘਰ ਵਾਲੀ ਦੀ ਫੋਟੋ ਵੀ ਵਾਇਰਲ ਕਰ ਦਿੰਦਾ, ਨਾਲੇ ਅਗਲਾ ਆਪ ਨੀ ਖਿੱਚਦਾ, ਨਿਊਜ਼ ਚੈਨਲ ਤੋਂ ਹੀ ਚੱਕ ਕੇ ਪਾ ਦਿੰਦਾ ਭਾਈ ਵੀ ਆਹ ਅੰਮ੍ਰਿਤਪਾਲ ਦੀ ਘਰ ਵਾਲੀ ਇੱਥੇ ਗਈ ਆ, ਇੱਦਾਂ ਹੋਈ, ਫੇਰ ਤੁਸੀਂ ਗੁੱਸਾ ਕਰ ਜਾਂਦੇ ਆ। ਠੀਕ ਹੈ, ਪਰਿਵਾਰ ਤਾਂ ਸਾਰਿਆਂ ਦੇ ਇੱਕੋ ਜਿਹਾ ਹੀ ਆ, ਤੁਹਾਡੇ ਕਿਰਦਾਰ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਵੀ ਕਿਰਦਾਰ ਖੁਸ਼ੀ, ਭਾਈ ਸਾਹਿਬ ਦੀ ਕਿਰਦਾਰ ਖੁਸ਼ੀ ਕਰਦੇ ਆ ਜੀ, ਕਿਰਦਾਰ ਖੁਸ਼ੀ, ਉਹ ਕਿਰਦਾਰ ਖੁਸ਼ੀ ਉਹਦੀ ਹੁੰਦੀ ਜਿਹਦਾ ਕੋਈ ਕਿਰਦਾਰ ਹੋਵੇ। ਤੁਹਾਡਾ ਭਾਈ ਸਾਹਿਬ ਲੁੱਚਿਆਂ ਦਾ ਸਰਦਾਰ ਆ, ਲੁੱਚਿਆਂ ਦਾ ਸਰਦਾਰ, ਠੀਕ ਆ, ਉਹਦਾ ਕੋਈ ਕਿਰਦਾਰ ਨਹੀਂ ਹੈ, ਤੇ ਨਾ ਕੋਈ ਉਹਦੇ ਕਿਰਦਾਰ ਨੂੰ ਢਾ ਲੱਗ ਸਕਦੀ, ਉਹਦੇ ਝੰਡੇ ਨਹੀਂ ਝੂਲਦੇ ਹੈਗੇ ਕਿਰਦਾਰ ਦੇ, ਸਾਰਿਆਂ ਨੂੰ ਪਤਾ ਹੀ ਆ ਵੀ ਸਿੱਖੀ ਹੁੰਦੀ ਕੀ ਆ, ਤੁਹਾਨੂੰ ਉਹ ਵੀ ਨਹੀਂ ਪਤਾ, ਸਾਡੀਆਂ ਮਰਿਆਦਾਵਾਂ ਕੀ ਆ, ਅਸੀਂ ਕਿਹੜੇ ਦਾਇਰੇ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਕਿਸੇ ਨਾਲ ਗੱਲ ਕਰਨੀ ਆ। ਕੋਈ ਜਿੱਦਾਂ ਕਹਿ ਲਓ ਵੀ ਜਦੋਂ ਨਾ ਕਿਸੇ ਦੇ ਨਾਲ ਬੰਦਾ ਕੋਈ ਗੱਲ ਕਰਦਾ, ਚਾਹੇ ਕੋਈ ਬੱਚਾ ਹੋਵੇ ਜਾਂ ਕੋਈ ਪਰਿਵਾਰ ਦੀ ਲੜਕੀ ਕੋਈ ਵੀ ਹੋਵੇ, ਜਦੋਂ ਕਿਸੇ ਨਾਲ ਕੋਈ ਸੰਬੰਧ ਬਣਦਾ ਗੱਲਬਾਤ ਦੇ ਵਿੱਚ, ਤੇ ਉਹਦੇ ਸੰਸਕਾਰ ਪਤਾ ਲੱਗਦੇ ਆ ਵੀ ਇਹ ਬੱਚੇ ਨੂੰ ਘਰਦਿਆਂ ਨੇ ਕੀ ਸਿਖਾਇਆ ਹੋਊਗਾ, ਕਿੱਥੋਂ ਪੜ੍ਹਿਆ ਹੋਊਗਾ, ਹਨਾ, ਵੀ ਕਿੰਨੇ ਵਧੀਆ ਸੰਸਕਾਰ ਆ। ਤੇ ਜਿਹੜਾ ਇਹ ਲਾਣਾ ਆ, ਇਹ ਵਾਰਸ ਪੰਜਾਬ ਵਾਲੇ ਜਿੰਨੇ ਵੀ ਆ, ਤੇ ਇਹਨਾਂ ਦੇ ਸੰਸਕਾਰ ਤਾਂ ਸਾਰਿਆਂ ਨੂੰ ਪਤਾ ਹੀ ਆ, ਕਮੈਂਟਾਂ ਦੇ ਵਿੱਚ ਪਤਾ ਲੱਗਦੇ ਹੀ ਆ। ਜਿਹੜੇ ਸਿਆਣੇ ਬੰਦੇ ਹੁੰਦੇ ਨਾ, ਜਿਹੜੇ ਅਕਲਮੰਦ ਬੰਦੇ ਆ, ਉਹ ਵਿਚਾਰੇ ਪਰਿਵਾਰਾਂ ਵਾਲੇ ਇਸ ਕਰਕੇ ਨਹੀਂ ਬੋਲਦੇ ਵੀ ਸਾਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣਗੇ, ਧਮਕੀਆਂ ਦੇਣਗੇ। ਠੀਕ ਹੈ, ਮੈਂ ਅੱਗੇ ਵੀ ਗੱਲ ਕੀਤੀ ਸੀ, ਇਹਨਾਂ ਦਾ ਕੰਮ ਆ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ, ਠੀਕ ਹੈ, ਧਮਕੀਆਂ ਦੇਣੀਆਂ। ਹੁਣ ਕਿਸੇ ਦੀ ਲੜਕੀ ਦਾ
ਤੁਸੀਂ ਸਕੂਲ ਦਾ ਮਤਲਬ ਜਿਹੜਾ ਹੈਗਾ ਉਹ ਲੋਕੇਸ਼ਨ ਜਾਂ ਐਡਰੈਸ ਤੁਸੀਂ ਉਹ ਜਨਤਕ ਕਰਦੇ ਆ ਜਾਂ ਉਹਦੇ ਘਰ ਦਾ ਵੀ ਕਰਦੇ ਆ, ਤੇ ਇਹਦਾ ਕਹਿਣ ਦਾ ਮਤਲਬ ਤੇ ਇਹੀ ਆ ਵੀ ਭਾਈ ਵੀ ਹਾਂ ਵੀ ਤੁਸੀਂ ਉਹਦੇ ਤੇ ਅਟੈਕ ਕਰ ਸਕਦੇ ਆ ਜਾਂ ਕੁਛ ਕੋਈ ਗਲਤ ਘਟਨਾ ਨੂੰ ਅੰਜਾਮ ਦੇ ਸਕਦੇ ਆ, ਤੇ ਇਹਦੇ ਵਿਚ ਤੇ ਕੋਈ 100 ਚ ਮੈਂ ਕਹਿੰਦਾ 1% ਵੀ ਚਾਂਸ ਏਦਾਂ ਦਾ ਹੈ ਹੀ ਨੀ ਵੀ ਕੋਈ ਬੰਦਾ ਕਹੇ ਵੀ ਭਾਈ ਤੁਹਾਡਾ ਰਾਜ ਹੋਣਾ ਚਾਹੀਦਾ। ਤੁਸੀਂ ਮਤਲਬ ਉਹ ਗਾਉਂਦੇ ਆ ਵੀ ਜਿਹੜਾ ਮਤਲਬ ਵੀ ਜੇ ਤੁਹਾਡਾ ਰਾਜ ਆ ਗਿਆ ਜਾਂ ਤੁਹਾਡੀ ਗਿਣਤੀ ਵੱਧ ਗਈ ਤੇ ਫਿਰ ਜੰਗ ਹੀ ਲੱਗੂਗੀ, ਤੇ ਜੰਗ ਵੀ ਕਿੱਦਾਂ ਦੀ ਲੱਗੂਗੀ? ਠੀਕ ਆ, ਤੁਸੀਂ ਇਹ ਜਿਹੜਾ ਲਾਣਾ ਵਾ ਨਾ ਇਹ ਸੂਤ ਉਹਨਾਂ ਤੋਂ ਨੀ ਆਉਣਾ ਹੈ, ਇਹ ਸਰਕਾਰਾਂ ਤੋਂ ਨੀ ਸੂਤ ਆਉਣ ਵਾਲਾ ਹੈ, ਇਹ ਫਿਰ ਸਿੰਘ ਹੀ ਸੋਧਣਗੇ ਇਹਨਾਂ ਨੂੰ। ਫਿਰ ਜਿਹੜਾ ਇਹ ਕਹਿੰਦੇ ਨਾ ਵੀ ਸੋਧੇ ਸੋਧੇ ਦੀਆਂ ਗੱਲਾਂ ਕਰਦੇ ਰਹਿੰਦੇ, ਫਿਰ ਸਿੰਘ ਹੀ ਸੋਧਣਗੇ ਇਹਨਾਂ ਨੂੰ ਤੇ ਫੇਰ ਹੀ ਕੰਮ ਸੂਤ ਆਉਣਾ। ਕਹਿੰਦਾ ਲੋਹੇ ਨੂੰ ਲੋਹਾ ਹੀ ਵੱਢਦਾ, ਤੁਹਾਡਾ ਜਿਹੜਾ ਕਾਲ ਆ ਨਾ ਉਹ ਖਾਲਸਾ ਹੀ ਆ, ਉਹਨਾਂ ਤੋਂ ਹੀ ਸੂਤ ਆਉਣਾ ਤੁਸੀਂ ਵੀ ਇੰਨੇ ਬਗੈਰਤ। ਗੁਰਬਾਣੀ ਕਹਿੰਦੀ ਵੀ ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾਰ। ਠੀਕ ਆ ਵੀ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਜਿੰਨ ਭੂਤ ਹੀ ਜਿਹੜੇ ਹੈਗੇ ਉਹ ਪੈਦਾ ਹੋ ਰਹੇ ਆ ਤੇ ਉਹ ਅਵਤਾਰ ਤੁਸੀਂ ਆ ਜਿੰਨ ਭੂਤਾਂ ਵਾਲੇ ਜਿੰਨੇ ਵੀ ਹੈਗੇ ਆ। ਤਾਂ ਇਸ ਸੰਬੰਧੀ ਤੁਹਾਡੇ ਸਭ ਦੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਧੰਨਵਾਦ।